ਸੋਹੀ ਮਹੱਲਾ ਪੰਜਵਾਂ। ਇਹ ਬਾਣੀ ਰਾਗ ਸੋਹੀ ਵਿੱਚ ਗਾਉਣ ਦੀ ਹਿਦਾਇਤ ਦਿੱਤੀ ਗਈ ਹੈ ਅਤੇ ਇਹ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਅਨਕ ਬੀਂਗ ਦਾਸ ਕੇ ਪਰਹਰਿਆ। ਹੇ ਭਾਈ, ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ। ਕਰ ਕਿਰਪਾ ਪ੍ਰਭ ਆਪਣਾ ਕਰਿਆ ਅਤੇ ਕਿਰਪਾ ਕਰਕੇ ਉਸ ਨੂੰ ਆਪਣਾ ਬਣਾ ਲਿਆ। ਤੁਮੇ ਛਡਾਏ ਲਿਓ ਜਨ ਆਪਣਾ, ਉਰਜ ਪਰਿਓ ਜਾਲ ਜਗ ਸੁਪਣਾ ਰਹਾਉ। ਹੇ ਪ੍ਰਭੂ, ਸੁਪਨੇ ਵਰਗੇ ਜਗਤ ਦਾ ਮੋਹ ਜਾਲ ਤੇਰੇ ਸੇਵਕ ਦੇ ਦੁਆਲੇ ਚੀੜਾ ਹੋ ਗਿਆ ਸੀ, ਪਰ ਤੂੰ ਆਪਣੇ ਸੇਵਕ ਨੂੰ ਉਸ ਵਿੱਚੋਂ ਆਪ ਕੱਢ ਲਿਆ। ਪਰਬਤ ਦੋਖ ਮਹਾਂ ਬਿਕਰਾਲਾ। ਹੇ ਭਾਈ, ਸ਼ਰਨ ਆਏ ਮਨੁੱਖ ਦੇ ਪਹਾੜਾ ਜਿੰਨੇ ਵੱਡੇ ਅਤੇ ਭਿਆਨਕ ਐਬ, ਖਿਨ ਮੈਂ ਦੂਰ ਕੀਏ ਦਇਆਲਾ। ਦੀਨਾਂ ਉੱਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇੱਕ ਛਿਨ ਵਿੱਚ ਦੂਰ ਕਰ ਦਿੱਤੇ। ਸੋਗ ਰੋਗ ਬਿਪਤ ਅਤ ਭਾਰੀ। ਹੇ ਭਾਈ, ਸੇਵਕ ਨੇ ਅਨੇਕਾਂ ਗਮ ਅਤੇ ਰੋਗ, ਵੱਡੀਆਂ ਭਾਰੀਆਂ ਮੁਸੀਬਤਾਂ ਦੂਰ ਭਈ ਜਪ ਨਾਮ ਮੁਰਾਰੀ, ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ। ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਰ ਚਰਨ ਗਹੇ ਨਾਨਕ ਸਰਣਾਏ। ਹੇ ਨਾਨਕ ਆਖ, ਹੇ ਭਾਈ, ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸ਼ਰਨ ਆ ਪਿਆ, ਪਰਮਾਤਮਾ ਨੇ ਮਿਹਰ ਦੀ ਨਿਗਾਹ ਕਰਕੇ ਉਸ ਨੂੰ ਆਪਣੇ ਲੜ ਨਾਲ ਲਾ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।